ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਵੀਡੀਓ ਗਾਇਸ ਕਿਦਾਂ ਸਾਰੇ ਆਈ ਹੋਪ ਤੁਸੀਂ ਸਾਰੇ ਘੈਂਟ ਹੋਮ ਹੋਗੇ ਤੇ ਅੱਗੇ ਵੀ ਘੈਂਟ ਹੀ ਰਹੋਗੇ ਤੇ ਗਾਇਸ ਅੱਜ ਦੀ ਵੀਡੀਓ ਦਾ ਜਿਹੜਾ ਆਪਾਂ ਨੂੰ ਟਾਪਿਕ ਹੋਣ ਵਾਲਾ ਤੁਸੀਂ ਮੇਰੀ ਗਿਲਡ ਆ ਜਿਹੜੀ ਨਿਊ ਗਿਲਡ ਮੈਂ ਬਣਾਈ ਆ ਤੁਹਾਡੇ ਲਈ ਬਣਾਈ ਆ ਉਹ ਕਿਵੇਂ ਜੁਆਇਨ ਕਰ ਸਕਦੇ ਹੋ ਤੇ ਗਾਇਸ ਮੈਂ ਤੁਹਾਨੂੰ ਆਪਣੀ ਗਿਲਡ ਜੁਆਇਨ ਕਰਨ ਦੇ ਰੂਲ ਦੱਸ ਦੂੰਗਾ ਤੁਸੀਂ ਪੂਰੀ ਵੀਡੀਓ ਐਂਡ ਤੱਕ ਵਾਚ ਕਰਨੀ ਆ ਤੇ ਤੁਸੀਂ ਮੇਰੀ ਗਿਲਡ ਵੀ ਜੁਆਇਨ ਕਰ ਸਕਦੇ ਹੋ ਇਹ ਤੁਹਾਡੇ ਲਈ ਬਣਾਈ ਆ ਆਪਾਂ ਨਵੀਂ ਗਿਲਡ ਤੇ ਇਹਦਾ ਪਹਿਲਾ ਲੈਵਲ ਆ ਜੇ ਤೇಕ ਗਾਈਸ ਮੈਂ ਸੋਚਿਆ ਵੀਡੀਓ ਬਣਾ ਦਈਏ ਤੇ ਤੁਸੀਂ ਆ ਸੋਕ ਮੇਰੇ ਗिल्ਡ ਚ ਤੇ ਚਲੋ ਗਾਈਸ ਆਪਾਂ ਅੱਗੇ ਅਕਰ ਨੂੰ ਰੂਲ ਦੱਸਦੇ ਆ ਪਹਿਲਾਂ ਤਾਂ ਗਾਈਸ ਇਹਦਾ ਪਹਿਲਾ ਰੂਲ ਰੂਲ ਹੈਗਾ ਵਾ ਤੁਹਾਡਾ ਲੈਵਲ ਜਿਹੜਾ 65 ਹੋਣਾ ਚਾਹੀਦਾ 65 ਤੋਂ ਉੱਪਰ-ਉੱਪਰ ਹੋਣਾ ਚਾਹੀਦਾ 65 ਤੋਂ ਘੱਟ ਨਹੀਂ ਹੋਣਾ ਚਾਹੀਦਾ ਤੇ ਗਾਈਸ ਤੁਸੀਂ ਗिल्ਡ ਆਈਡੀ ਦੇਖ ਹੀ ਸਕਦੇ ਹੋ ਆ ਨੋਟ ਕਰ ਲਿਓ ਤੁਸੀਂ ਗिल्ਡ ਆਈਡੀ 3026206174 ਇਹ ਆਪਣੀ ਗिल्ਡ ਆਈਡੀ ਆ ਤੇ ਤੁਸੀਂ ਜੁਆਇਨ ਕਰ ਸਕਦੇ ਹੋ ਤੁਹਾਡਾ ਲੈਵਲ 65 ਹੋਣਾ ਚਾਹੀਦਾ ਤੇ ਜਿਹੜੀ ਥੋੜੀ KD ਆ CS ਰੈਂਕ ਤੇ BR ਰੈਂਕ ਦੀ ਉਹ 2 ਤੋਂ 3 ਦੇ ਵਿੱਚ ਹੋਣੀ ਚਾਹੀਦੀ ਆ ਤੇ ਆਪਾਂ ਹੁਣ ਕੱਲ ਕੱਲ ਨੂੰ ਅਪਡੇਟ ਆਪਣਾ ਅਪਡੇਟ ਤੋਂ ਬਾਅਦ ਆਪਾਂ CS ਰੈਂਕ ਵੀ ਪੁਸ਼ ਕਰਾਂਗੇ ਤੇ ਆਪਾਂ ਸਕਵਡ ਵੀ ਗਾਇਸ ਜਿਹੜੀ ਥੋੜੀ ਹੈਡ ਸ਼ਾਟ ਰੇਟ ਆ ਉਹ 50% ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਇਸ ਤੋਂ ਘੱਟ ਨਹੀਂ ਹੋਣੀ ਚਾਹੀਦੀ ਤੇ ਆਪਾਂ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਿਆ ਵੱਧ ਤੋਂ ਵੱਧ ਟਾਈਮ ਖੇਡਾਂਗੇ ਤੇ ਥੋੜੀ ਗਲੋਰੀ ਜਿਹੜੀ ਆਪਾਂ ਰੋਜ਼ ਦੀ ਅਸੀਂ ਹੋਣੀ ਚਾਹੀਦੀ ਆ ਤੇ ਗਾਈਸ ਜਿੰਨਾ ਦੇ ਮਤਲਬ ਜੇ ਤੁਸੀਂ ਮੇਰੀ ਗिल्ड जॉइन ਕਰਨੀ ਚਾਹੁੰਦੇ ਹੋ ਤਾਂ ਤੁਹਾਡਾ 65 ਲੈਵਲ ਤੇ ਆਪਣੇ ਕੇਡੀ 2 ਤੋਂ 3 ਦੇ ਵਿੱਚ ਹੋਣੀ ਚਾਹੀਦੀ ਆ ਜੇ ਜੇ ਤੁਹਾਡੇ ਕੋਲ ਇਹ ਦੋ ਰੂਲ ਹੈਗੇ ਆ ਤਾਂ ਤੁਸੀਂ ਮੈਨੂੰ ਰਿਕਵੈਸਟ ਭੇਜ ਦਿਓ ਤੇ ਮੈਂ ਤੁਹਾਡੀ ਆਈਡੀ ਚੈੱਕ ਆਊਟ ਕਰਕੇ ਤੁਹਾਡੀ ਰਿਕਵੈਸਟ ਅਕਸੈਪਟ ਕਰ ਲੂੰਗਾ ਤੇ ਤੁਹਾਨੂੰ ਮੈਂ ਆਪ ਗिल्ਡ ਚ ਐਡ ਕਰ ਲਾਂਗੇ ਤੇ ਜਿਹੜੀ ਗਾਈਸ ਆਪਣੀ ਗिल्ਡ ਚ ਹੈਗੇ 9 9 ਕ ਬੰਦੇ ਨੇ ਹਾਂਜੀ ਤੇ ਇਹਦੇ ਵਿੱਚੋਂ ਆਪਾਂ ਵਧੀਆ-ਵਧੀਆ ਦੇ ਕੇ ਰੱਖਾਂਗੇ ਜਿੰਨਾਂ ਦਾ 65 ਲੈਵਲ ਹੈਗਾ ਡੋਤੋ ਟਾਂਡੇ ਕਿਹੜੀ ਉਹ ਰੱਖ ਲਾਂਗੇ ਤੇ ਬਾਕੀਆਂ ਨੂੰ ਕਿੱਕ ਕਰ ਦਾਂਗੇ ਤੇ ਤੁਸੀਂ ਰਿਕਵੈਸਟ ਭੇਜ ਦਿਓ ਤੇ ਥੋੜੀ ਆਈਡੀ ਆਪਾਂ ਚੈੱਕ ਆਊਟ ਕਰਕੇ ਤੁਹਾਨੂੰ ਵੀ ਆਪਾਂ ਗिल्ड 'ਚ ਲੈ ਲਾਂਗੇ ਤੇ ਚਲੋ ਗਾਇਸ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਤੇ ਤੁਸੀਂ ਅਗਲੀ ਵੀਡੀਓ ਵਿੱਚ ਦੱਸ ਦਿਓ ਕਿ ਮੈਨੂੰ ਚਾਹੀਦੀ ਹੈ ਕਿਹੋ ਜੀ ਚਾਹੀਦੀ ਆ ਤੇ ਤੇ ਗिल्ड 'ਚ ਹੀ ਆਈਡੀ ਤੁਸੀਂ ਨੋਟ ਕਰ ਸਕਦੇ ਹੋ ਤੇ ਆਪਣੀ ਰਿਕਵੈਸਟ ਭੇਜ ਦਿਓ ਚਲੋ ਗਾਇਸ ਮਿਲਦੇ ਆਪਾਂ ਨੈਕਸਟ ਵੀਡੀਓਸ ਬਾਏ ਬਾਏ